ਭਾਈ ਸਾਰੀ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਬਨੋੜ ਗੁੱਗਾ ਜਹਰਪੀਰ ਮਹਾਰਾਜ ਜੀ ਦਾ ਦਰਬਾਰ ਨੇੜੇ ਬੈਰੀਅਲ ਸੱਚੀ ਸਰਕਾਰ ਪੰਜੇ ਪੀਰਾਂ ਘਰ ਉਜਾ ਬਣਿਆ ਬਾਬਾ ਜੀ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਆਉਣ ਵਾਲੀ 8 ਤਰੀਕ ਨੂੰ ਦਿਨ ਵੀਰਵਾਰ ਸਵੇਰੇ 8 ਵਜੇ ਬੜੀ ਧੂਮ ਧਾਮ ਗੱਲ ਬਾਬਾ ਜੀ ਕੀ ਬਾਗੜ ਦੇ ਸਿਆਤਰਾ ਸੰਗ ਜਾ ਰਿਹਾ ਭਾਈ ਸਾਰੀ ਸਾਧ ਸੰਗਤ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਭਾਈ ਸਭ ਨੇ ਸਾਰੀ ਸੰਗਤ ਨੇ ਵੱਧ ਤੋਂ ਵੱਧ ਬਾਬਾ ਜੀ ਦੀ ਯਾਤਰਾ ਜਾਣਾ ਸਵੇਰੇ 8 ਵਜੇ ਬਾਬਾ ਜੀ ਦੀ ਯਾਤਰਾ ਸੰਗ ਤੁਰੇਗਾ 7 ਵਜੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਭ ਨੇ 7 ਵਜੇ ਮਨੂੜ ਦਰਬਾਰ ਮਾ ਸਵੇਰੇ ਪਹੁੰਚ ਜਾਣਾ ਤੇ ਸਭ ਤੋਂ ਪਹਿਲੀ ਸਲਾਮ ਬਾਬਾ ਜੀ ਕੀ 8 ਤਰੀਕੀ ਸਹਿਰ ਬਠਿੰਡਾ ਰਤਨ ਹਾਜੀ ਬਾਬਾ ਜੀ ਕੀ ਹੋਏਗੀ ਤੇ ਉੱਥੇ ਚੌਂਕੀ ਤੇ ਬਾਬਾ ਜੀ ਦਾ ਭੰਡਾਰਾ ਲੱਗੇਗਾ ਤੇ 9 ਤਰੀਕ ਨੂੰ ਭਾਗੜ ਦੇਸ਼ ਦੇ ਵਿੱਚ ਗੁਰੂ ਗੋਰਖਨਾਥ ਬਾਬਾ ਜੀ ਦੇ ਢਿੱਲੇ ਦੇ ਵਿੱਚ ਬਾਬਾ ਜੀ ਦੀ ਚੌਂਕੀ ਤੇ ਬਾਬਾ ਜੀ ਦਾ ਭੰਡਾਰਾ ਤੇ 10 ਤਰੀਕ ਨੂੰ ਗੁੱਗਾ ਜ਼ਾਹਰਪੀਰ ਮਹਾਰਾਜ ਜੀ ਕੀ ਸਲਾਮ ਤੇ ਚੌਂਕੀ ਤੇ ਭੰਡਾਰਾ ਲੱਗੇਗਾ 10 ਤਰੀਕ ਨੂੰ ਗੁਰੂ ਗੋਰਖਨਾਥ ਬਾਬਾ ਜੀ ਕੇ ਅਸ਼ੀਰਵਾਦ ਗੱਲ ਮੇਰੇ ਗੁੱਗਾ ਜ਼ਾਹਰ ਪੀਰ ਮਹਾਰਾਜ ਜੀ ਕੇ ਅਸ਼ੀਰਵਾਦ ਗੱਲ 11 ਤਰੀਕ ਨੂੰ ਗਰਦ ਰੜੇ ਖੜੇ ਕੇ ਵਿੱਚ ਜਿੱਥਾ ਮੇਰੇ ਪੀਰ ਮਹਾਰਾਜ ਜੀ ਦਾ ਜਨਮ ਸਥਾਨ ਹੈ ਉਥਾ ਬਾਬਾ ਜੀ ਕੀ ਚੌਂਕੀ ਤੇ ਸਲਾਮ ਤੇ ਭੰਡਾਰਾ ਲੱਗੇਗਾ ਭਾਈ 5 ਦਿਨ ਕੀ ਯਾਤਰਾ 5ਵੇਂ ਦਿਨ ਵਾਪਸੀ ਹੈ ਕੱਲ ਨੂੰ ਸਵੇਰੇ ਦਿਨ ਵੀਰਵਾਰ 8 ਵਜੇ ਬਾਬਾ ਜੀ ਦਾ ਸੰਗ ਬੜੀ ਧੂਮ ਧਾਮ ਗੱਲ ਢੋਲ ਨਗਾਰੇ ਗੱਲ ਬਗੜ ਦੇ ਸਿਆਤਰਾ جاری ਹੈ ਤੇ ਸੰਗਤ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਭਗਤ ਸੇਵਾਦਾਰਾਂ ਨੂੰ ਬੇਨਤੀ ਹੈ ਭਾਈ ਜਿਹੜੀ ਸੰਗਤ ਬਾਗੜ ਦੇਸ਼ ਹਾਤਰਾ ਬਨੋੜ ਸੰਗਲ ਜਾਰੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਸਵੇਰੇ ਸਮੇਂ ਸਿਰ 7 ਵਜੇ ਬਨੋੜ ਦਰਬਾਰ ਮਾ ਡੇਰੇ ਮਾ ਪਹੁੰਚ ਜਾਣਾ ਜਾਣ ਵਾਸਤੇ ਬੱਸਾਂ ਦਾ ਪ੍ਰਬੰਧ ਹੈ ਤੇ ਟਰੱਕਾਂ ਦਾ ਪ੍ਰਬੰਧ ਹੈ ਤੇ ਲੰਗਰ ਭੰਡਾਰੇ ਦਾ ਸਭ ਕਾ ਸਿਕਾ ਪ੍ਰਬੰਧ ਹੈ ਚਾਰੇ ਪੰਜੇ ਦਿਨ ਬਾਗੜ ਦੇਸ਼ ਦੇ ਵਿੱਚ ਬਾਬਾ ਜੀ ਦਾ ਭੰਡਾਰਾ ਅਰਤੁਤ ਵਰਤੇਗਾ ਤੇ ਇਹ ਬੇਨਤੀ ਪ੍ਰਵਾਨ ਕਰਨਾ ਤੇ ਬਾਕੀ ਬਾਬਾ ਜੀ ਦੇ ਦਰਬਾਰ ਮ ਬਨੂ ਡੇਰੇ ਮ ਇਹ ਪੱਤਰਕਾਰ ਵੀਰ ਚੈਨਲ ਵਾਲੇ ਵੀਰ ਇਹ ਹਰ ਪ੍ਰੋਗਰਾਮ ਕੇ ਵਿੱਚ ਬਾਬਾ ਜੀ ਕੀ ਦਰਬਾਰ ਕੀ ਡੇਰੇ ਮਾ ਕਾ ਹਾਜ਼ਰੀ ਲੋਣਨੇ ਹੈ ਤੇ ਦਰਬਾਰ ਕਾ ਸੰਗਤ ਵਾਸਤਾ ਪ੍ਰਚਾਰ ਕਰਦੇ ਜੇ ਸੰਗਤ ਵਾਸਤਾ ਦੂਰ ਦੂਰ ਤੱਕ ਫੇਸਬੁੱਕ ਤੇ ਤੇ ਵਟਸਐਪ ਤੇ ਸਾਰੀ ਜਗ੍ਹਾ ਸੰਗਤ ਨੂੰ ਦਿਖਾਉਂਦੇ ਆਂ ਵੀ ਬਨੂਡ ਦਰਬਾਰ ਤੇ ਡੇਰੇ ਤੇ ਸੰਗ ਜਾ ਰਿਹਾ ਇਹ ਪੱਤਰਕਾਰ ਵੀਰਾਂ ਕਾ ਇਹਨਾਂ ਕਾ ਵੀ ਬਹੁਤ ਬਹੁਤ ਧੰਨਵਾਦ ਬਨੂ ਡੇਰੇ ਮ ਪਹੁੰਚਣ ਤੇ ਤੇ ਸਾਰੀ ਸਾ ਸੰਗਤ ਕਾ का बहुत बहुत थोड़ा सेवादार थगत थोड़ा 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 गुरु नाम सिंह साई जी ये बेनती प्रवान करना जय करा गुगा जहरपीर हर महाराज जी का जय करा जय करा